ਤਾਂ ਕਈ ਵਾਰ ਕੀ ਹੁੰਦਾ ਹੈ, ਈਸਾਈ ਧਰਮ ਦੇ ਜਿਹੜੇ ਪ੍ਰਚਾਰਕ ਹਨ ਉਹ ਥਾਂ ਥਾਂ 'ਤੇ ਘੁੰਮਦੇ ਰਹਿੰਦੇ ਨੇ, ਥਾਂ ਥਾਂ 'ਤੇ, ਔਰ ਬੜੀ ਅਜੀਬ ਅਜੀਬ ਖੇਡ ਖੇਡਦੇ ਨੇ ਉਹ। ਉਹ ਚਮਤਕਾਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਇਹ ਚਮਤਕਾਰ। ਮੈਂ ਇਸੇ ਹੀ ਗੱਲ 'ਤੇ ਆਉਂਦਾ, ਇੱਕ ਚਮਤਕਾਰ ਦੀ ਗੱਲ ਮੈਨੂੰ ਯਾਦ ਆ ਗਈ। ਆਦਿ ਵਾਸੀਆਂ ਦਾ ਪਿੰਡ ਸੀ ਅਤੇ ਉੱਥੇ ਇੱਕ ਪਾਦਰੀ ਪਹੁੰਚ ਜਾਂਦਾ ਹੈ, ਔਰ ਪਾਦਰੀ ਕਹਿੰਦਾ ਹੈ, ਉਸਨੇ ਆਪਣੇ ਥੈਲੇ ਦੇ ਵਿੱਚ ਦੋ ਮੂਰਤੀਆਂ ਰੱਖੀਆਂ ਸਨ, ਇੱਕ ਮੂਰਤੀ ਸ਼੍ਰੀ ਰਾਮ ਚੰਦਰ ਦੀ, ਇੱਕ ਮੂਰਤੀ ਜੀਸਿਸ ਦੀ, ਜਿਹਦੇ ਵਿੱਚ ਜੋ ਰਾਮ ਚੰਦਰ ਦੀ ਮੂਰਤੀ ਸੀ ਉਹ ਲੋਹੇ ਦੀ, ਔਰ ਜਿਹੜੀ ਜੀਸਿਸ ਦੀ ਮੂਰਤੀ ਸੀ ਉਹ ਲੱਕੜੀ ਦੀ। ਇੱਕ ਹੋਰ ਵੀ ਥੈਲਾ ਸੀ ਛੋਟਾ ਜਿਹਾ, ਉਹਦੇ ਵਿੱਚ ਵੀ ਦੋ ਮੂਰਤੀਆਂ, ਜਿਹਦੇ ਵਿੱਚ ਰਾਮ ਚੰਦਰ ਦੀ ਮੂਰਤੀ ਲੱਕੜੀ ਦੀ, ਜੀਸਿਸ ਦੀ ਮੂਰਤੀ ਲੋਹੇ ਦੀ। ਅਤੇ ਉਹ ਪਾਦਰੀ ਪੂਰੇ ਪਿੰਡ ਵਾਸੀਆਂ ਨੂੰ ਇਕੱਠੇ ਕਰਦਾ ਹੈ ਔਰ ਕਹਿੰਦਾ, ਇੱਕ ਗੱਲ ਦੱਸੋ, ਤੁਸੀਂ ਕਿਸ ਨੂੰ ਮੰਨਦੇ ਹੋ? ਉਹ ਕਹਿਣ ਲੱਗੇ, ਅਸੀਂ ਰਾਮ ਚੰਦਰ ਜੀ ਨੂੰ ਮੰਨਦੇ ਹਾਂ। ਕਿਉਂ ਮੰਨਦੇ ਹੋ ਰਾਮ ਚੰਦਰ ਨੂੰ? ਕਹਿਣ ਲੱਗੇ, ਭਵ ਸਾਗਰ ਤੋਂ ਪਾਰ ਉਸੇ ਨੇ ਉਤਾਰਨਾ ਹੈ। ਅਤੇ ਉਹ ਜੀਸਿਸ ਕਹਿੰਦਾ ਹੈ, ਫਿਰ ਇੱਕ ਕੰਮ ਕਰਦੇ ਹਾਂ, ਭਵ ਸਾਗਰ ਤੋਂ ਪਾਰ ਕਿਸਨੇ ਉਤਾਰਨਾ ਹੈ, ਸ਼੍ਰੀ ਰਾਮ ਚੰਦਰ ਜੀ ਨੇ ਜਾਂ ਜੀਸਿਸ ਨੇ? ਅਤੇ ਫਿਰ ਕਿਉਂ ਨਾ ਅਸੀਂ ਪਰਤਖ ਦੇਖ ਲਈਏ। ਅਤੇ ਉਹ ਕੀ ਕਰਦੇ ਨੇ, ਪਾਣੀ ਦੀ ਬਾਲਟੀ ਮੰਗਾਉਂਦੇ ਨੇ ਔਰ ਕਹਿੰਦੇ ਨੇ, ਇੱਕ ਮੂਰਤੀ ਰਾਮ ਚੰਦਰ ਦੀ, ਇੱਕ ਮੂਰਤੀ ਜੀਸਿਸ ਦੀ, ਜਿਹੜੀ ਮੂਰਤੀ ਡੁੱਬ ਗਈ ਉਹ ਸਾਨੂੰ ਭਵ ਸਾਗਰ ਤੋਂ ਪਾਰ ਕੀ ਉਤਾਰੇਗੀ, ਜਿਹੜੀ ਆਪ ਹੀ ਡੁੱਬ ਗਈ ਹੋਵੇ। ਤਾਂ ਆਦਿਵਾਸੀ ਸਾਨੂੰ ਕਹਿਣ ਲੱਗੇ, ਠੀਕ ਹੈ, ਮੰਨ ਲੈਂਦੇ ਹਾਂ। ਅਤੇ ਆਪਣੇ ਥੈਲੇ 'ਚੋਂ ਮੂਰਤੀਆਂ ਕੱਢੀਆਂ, ਰਾਮ ਚੰਦਰ ਦੀ ਮੂਰਤੀ ਕੱਢੀ ਔਰ ਜੀਸਿਸ ਦੀ ਵੀ ਮੂਰਤੀ ਕੱਢੀ, ਪਰ ਜੀਸਿਸ ਦੀ ਮੂਰਤੀ ਲੱਕੜੀ ਦੀ ਸੀ, ਰਾਮ ਚੰਦਰ ਦੀ ਲੋਹੇ ਦੀ। ਅਤੇ ਜਿਵੇਂ ਹੀ ਦੋਵੇਂ ਮੂਰਤੀਆਂ ਪਾਈਆਂ, ਦੇਖਦੀਆਂ ਦੇਖਦੀਆਂ ਰਾਮ ਚੰਦਰ ਦੀ ਮੂਰਤੀ ਡੁੱਬ ਗਈ, ਕਿਉਂਕਿ ਲੋਹ ਦੀ ਸੀ। ਪਾਦਰੀ ਕਹਿੰਦਾ ਹੈ, ਹੁਣ ਤੁਸੀਂ ਦੱਸੋ, ਜਿਹੜੀ ਮੂਰਤੀ ਆਪ ਡੁੱਬ ਗਈ ਉਹ ਤੁਹਾਨੂੰ ਕੀ ਪਾਰ ਕਰੇਗੀ ਭਵ ਸਾਗਰ ਤੋਂ? ਜੀਸਿਸ ਦੀ ਮੂਰਤੀ ਉਹ ਤੈਰਦੀ ਪਈ ਹੈ, ਤਾਂ ਜੋ ਆਪ ਤੈਰਦੀ ਪਈ ਹੈ ਮੂਰਤੀ ਉਹ ਭਵ ਸਾਗਰ ਤੋਂ ਤੁਹਾਨੂੰ ਪਾਰ ਲੈ ਜਾਏਗੀ। ਕਹਿਣ ਲੱਗੇ, ਬਿਲਕੁਲ ਠੀਕ ਹੈ, ਕੋਈ ਸ਼ੱਕ ਨਹੀਂ ਹੈ। ਪ੍ਰੋਗਰਾਮ ਤਿਆਰ ਹੋਇਆ, ਦੂਜੇ ਦਿਨ ਇਹਨਾਂ ਸਾਰਿਆਂ ਨੇ ਈਸਾਈ ਬਣਨਾ ਹੈ, ਇਹਨਾਂ ਨੂੰ ਦੀਕਸ਼ਾ ਦੇਣੀ ਹੈ, ਜੋ ਰਸਮੋ ਰਿਵਾਜ ਹੁੰਦੇ ਨੇ। ਖਬਰ ਫੈਲ ਗਈ ਸਾਰਿਆਂ ਦੇ ਵਿੱਚ ਕਿ ਕੱਲ੍ਹ ਇਹ ਪੂਰਾ ਪਿੰਡ ਈਸਾਈ ਬਣ ਜਾਏਗਾ। ਤਾਂ ਕੋਈ ਫਕੀਰ ਵੀ ਬੈਠਾ ਹੋਇਆ ਸੀ, ਫਕੀਰ ਨੂੰ ਵੀ ਕਹਿ ਦਿੱਤਾ, ਤੁਸੀਂ ਕਿੱਥੇ ਰਾਮ ਚੰਦਰ ਦੀ ਪੂਜਾ ਵੀ ਕਰਦੇ ਹੋ? ਜਿਹੜਾ ਆਪ ਡੁੱਬ ਗਿਆ ਉਹ ਤੁਹਾਨੂੰ ਪਾਰ ਕੀ ਉਤਾਰੇਗਾ? ਅਤੇ ਉਹ ਫਕੀਰ ਕਹਿੰਦਾ ਹੈ, ਚੰਗਾ, ਮੈਂ ਵੀ ਇੱਕ ਵਾਰ ਦੇਖਣਾ, ਮੈਂ ਵੀ। ਅਤੇ ਉਹ ਫਕੀਰ ਆ ਗਿਆ, ਫਿਰ ਪਿੰਡ ਵਾਸੀ ਸਾਰੇ ਇਕੱਠੇ ਹੋ ਗਏ। ਫਕੀਰ ਉਸ ਪਾਦਰੀ ਨੂੰ ਕਹਿੰਦਾ ਹੈ, ਪ੍ਰੀਖਿਆ ਦੁਬਾਰਾ ਹੋਵੇ, ਕਿਉਂਕਿ ਪ੍ਰੀਖਿਆ ਦੋ ਹੁੰਦੀਆਂ ਨੇ,
ਇੱਕ ਸਾਗਰ ਦੀ ਪ੍ਰੀਖਿਆ ਹੁੰਦੀ ਹੈ, ਇੱਕ ਅਗਨੀ ਪ੍ਰੀਖਿਆ ਹੁੰਦੀ ਹੈ। ਹੁਣ ਅਗਨੀ ਪ੍ਰੀਖਿਆ ਦੇ ਵਿੱਚ ਜੇ ਕਿਧਰੇ ਰਾਮਚੰਦਰ ਬਚ ਗਏ ਤਾਂ ਸਾਨੂੰ ਵੀ ਅਗਨ ਤੋਂ ਬਚਾ ਲੈਣਗੇ, ਜੇ ਜੀਸਸ ਬਚ ਗਏ ਤਾਂ ਸਾਨੂੰ ਬਚਾ ਲੈਣਗੇ। ਹੁਣ ਆਪ ਜੀ ਨੂੰ ਖਬਰ ਹੈ ਕਿ ਜੀਸਸ ਦੀ ਮੂਰਤੀ ਤਾਂ ਲੱਕੜੀ ਦੀ ਸੀ, ਦੇਖਦਿਆਂ ਦੇਖਦਿਆਂ ਅੱਗ ਲੱਗ ਗਈ ਅਤੇ ਸੁਆਹ ਹੋ ਗਈ। ਰਾਮਚੰਦਰ ਦੀ ਮੂਰਤੀ ਬਚ ਗਈ ਕਿਉਂਕਿ ਲੋਹੇ ਦੀ ਸੀ। ਤਾਂ ਈਸਾਈ ਧਰਮ ਦੇ ਵਿੱਚ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਸਿਕੰਜੇ ਵਿੱਚ ਫਸਾਉਂਦੇ ਨੇ। ਮੈਂ ਅਰਜ਼ ਕਰ ਰਿਹਾ ਸੀ, ਸਿੱਖ ਦਾ ਬੱਚਾ ਬੰਗਲਾ ਸਾਹਿਬ ਬੈਠਾ ਹੋਇਆ, ਉਧਰੋਂ ਕੋਈ ਪਾਦਰੀ ਲੰਘਦਾ ਪਿਆ ਸੀ, ਨੌਜਵਾਨ ਬੱਚੇ ਨੂੰ ਕਹਿੰਦਾ ਹੈ ਤੇਰੇ ਚਿਹਰੇ 'ਤੇ ਨਿਰਾਸ਼ਾ ਹੈ, ਕਾਰਨ ਕੀ ਹੈ? ਉਹ ਸਿੱਖ ਦਾ ਬੱਚਾ ਕਹਿੰਦਾ ਹਾਂ ਨਿਰਾਸ਼ਾ ਹੈ, ਇਤਨੀ ਪੜ੍ਹਾਈ ਕੀਤੀ ਨੌਕਰੀ ਨਹੀਂ ਮਿਲੀ ਮੈਨੂੰ। ਅਤੇ ਉਹ ਪਾਦਰੀ ਕਹਿੰਦਾ ਕਿਹੜੀ ਵੱਡੀ ਗੱਲ ਹੈ, ਨੌਕਰੀ ਤੈਨੂੰ ਮੈਂ ਦਿਲਾਉਣਾ, ਠੀਕ ਹੈ। ਉਸਨੂੰ ਆਪਣੇ ਆਫਿਸ 'ਚ ਲੈ ਗਿਆ ਅਤੇ ਉਸਨੂੰ ਕਹਿੰਦਾ ਹੈ ਕਿ ਇੱਕ ਸ਼ਰਤ 'ਤੇ ਨੌਕਰੀ ਮਿਲੇਗੀ, ਕਿਉਂਕਿ ਲਿਬਾਸ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸਾਡੇ ਵਿਭਾਗ ਦੇ ਵਿੱਚ, ਡਿਪਾਰਟਮੈਂਟ ਵਿੱਚ, ਪੈਂਟ ਕੋਟ ਟਾਈ ਟੋਪ, ਕੇਸ ਕੱਟਣੇ ਪੈਣਗੇ ਤੈਨੂੰ। ਕਹਿੰਦੇ ਨੇ ਇੱਕ ਜਵਾਨੀ ਇੱਕ ਐਸਾ ਪੜਾਵ ਹੈ ਜਿੱਥੇ ਜਾਂ ਤਾਂ ਮਨੁੱਖ ਸੰਤ ਬਣ ਜਾਏਗਾ ਜਾਂ ਵਿਕਾਰੀ ਬਣ ਜਾਏਗਾ। ਜਵਾਨੀ ਦੀ ਦਹਿਲੀ 'ਚ ਐਸੀ ਹੈ, ਜੇ ਉਹਦਾ ਮੁਖੜਾ ਗੁਰੂ ਵੱਲ ਹੋ ਗਿਆ, ਕਿਉਂਕਿ ਉਹਦੇ ਵਿੱਚ ਜੋਸ਼ ਹੈ, ਤਾਕਤ ਹੈ। ਔਰ ਸੰਤ ਸਿੰਘ ਮਸ਼ਕੀਨ ਕਹਿੰਦੇ ਸੀ ਕਿ ਜੇ ਕਾਮ ਦੀ ਤਾਕਤ ਹੈ ਤਾਂ ਰਾਮ ਦੀ ਵੀ ਤਾਕਤ ਹੈ ਉਹਦੇ ਵਿੱਚ। ਔਰ ਗੁਸਤਾਖੀ ਮਾਪ ਬੁਢੇਪੇ ਵਿੱਚ ਨਾ ਕਾਮ ਹੈ ਨਾ ਰਾਮ ਹੈ, ਕੁਛ ਵੀ ਨਹੀਂ। ਜਿਨ੍ਹਾਂ ਨੇ ਜਵਾਨੀ ਵਿੱਚ ਗਾ ਲਿਆ ਉਹ ਫਿਰ ਅਖੀਰ ਤੱਕ ਕਮਾਉਂਦਾ ਹੈ। ਤਾਂ ਮੈਂ ਅਰਜ਼ ਕਰ ਰਿਹਾ ਸੀ, ਉਸ ਬੱਚੇ ਨੇ ਆਪਣੇ ਕੇਸ ਵੀ ਕਟਾ ਲਏ। ਜਦੋਂ ਪਹਿਲੇ ਹੀ ਦਿਨ ਉਹ ਆਫਿਸ ਜਾਂਦਾ ਹੈ ਤਾਂ ਆਫਿਸਰ ਕੀ ਕਹਿੰਦਾ ਹੈ, ਕਹਿੰਦਾ ਹੈ ਸਿੰਘ ਸਾਹਿਬ ਜੀ, ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ ਉਹ ਸਾਡੇ ਗੁਰੂ ਦਾ ਕੀ ਬਣੇਗਾ, ਕੀ ਬਣੇਗਾ? ਜੋ ਗੁਰੂ ਨਾਨਕ ਦਾ ਨਹੀਂ ਬਣਿਆ ਮਹਾਤਮਾ ਈਸਾ ਦਾ ਕੀ ਬਣੇਗਾ? ਜੋ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਬਣਿਆ ਉਹ ਬਾਈਬਲ ਦਾ ਕੀ ਬਣੇਗਾ, ਕੀ ਬਣੇਗਾ? ਸਿੰਘ ਸਾਹਿਬ ਜੀ ਸੋਰੀ, ਮਾਫ਼ ਕਰਨਾ, ਚੋਟ ਲੱਗੀ ਉਸ ਬੱਚੇ ਨੂੰ, ਨੌਕਰੀ ਵੀ ਗਈ ਸਿੱਖੀ ਵੀ ਗਈ, ਇਹ ਕੀ ਹੋ ਗਿਆ? ਹੁਣ ਆਪਣੇ ਜਦੋਂ ਘਰ ਗਿਆ, ਮਾਂ ਨੇ ਜਦੋਂ ਉਹਦਾ ਰੂਪ ਵੇਖਿਆ, ਮਾਂ ਕਹਿੰਦੀ ਤੂੰ ਕੌਣ ਹੈ? ਉਹ ਕਹਿੰਦਾ ਮਾਂ ਮੈਂ ਤੇਰਾ ਪੁੱਤਰ ਹਾਂ। ਕਹਿਣ ਲੱਗੇ ਨਹੀਂ, ਮੇਰਾ ਪੁੱਤਰ ਤਾਂ ਮਰ ਗਿਆ, ਮਰ ਗਿਆ। ਜਿਸ ਦਿਨ ਮੇਰੇ ਪੁੱਤਰ ਨੇ ਸਿੱਖੀ ਛੱਡੀ ਸੀ ਉਸੇ ਦਿਨ ਮੇਰਾ ਪੁੱਤਰ ਮਰ ਗਿਆ। ਇਸ ਘਰ ਵਿੱਚ ਤੈਨੂੰ ਕੋਈ ਥਾਂ ਨਹੀਂ। ਇਹ ਦੂਜੀ ਸੱਟ ਵੱਜੀ ਬੱਚੇ ਨੂੰ, ਔਰ ਇਤਨੀ ਗਹਿਰੀ ਸੱਟ ਵੱਜੀ ਕਿ ਦੇਖਦੀਆਂ ਦੇਖਦੀਆਂ ਅੱਖਾਂ ਦੀ ਰੋਸ਼ਨੀ ਚੱਲੀ ਗਈ, ਅੱਖਾਂ ਦੀ ਰੋਸ਼ਨੀ। ਹੁਣ ਉਹ ਬੱਚਾ ਤੜਫਦਾ ਫਿਰਦਾ ਹੈ, ਧੱਕੇ ਖਾ ਰਿਹਾ ਹੈ, ਇੱਧਰ ਉੱਧਰ ਧੱਕੇ ਖਾ ਰਿਹਾ। ਮੈਂ ਫਿਰ ਅਰਜ਼ ਕਰਾਂ, ਇਹ ਕੋਈ ਕਹਾਣੀ ਨਹੀਂ ਹੈ, ਇਹ ਹਕੀਕਤ ਹੈ,
ਹਕੀਕਤ। ਹੁਣ ਕਿਸੇ ਨੇ ਕਿਹਾ ਉਸ ਬੱਚੇ ਨੂੰ, ਤੂੰ ਇੱਕ ਕੰਮ ਕਰ, ਜਾਮਾ ਮਸਜਿਦ ਵਿੱਚ ਇੱਕ ਵੈਦ ਬੈਠਦਾ ਹੈ, ਤੂੰ ਇੱਕ ਵਾਰ ਉਹਦੇ ਕੋਲ ਵੀ ਜਾ, ਉਹਦੇ ਕੋਲ ਵੀ ਜਾ, ਹੋ ਸਕਦਾ ਹੈ ਤੇਰੇ 'ਤੇ ਰਹਿਮਤ ਹੋ ਜਾਵੇ, ਕਿਰਪਾ ਹੋ ਜਾਵੇ। ਜਦੋਂ ਉਹ ਨੌਜਵਾਨ ਬੱਚਾ ਜਾਮਾ ਮਸਜਿਦ ਜਾਂਦਾ ਹੈ, ਵੈਦ ਦੇ ਕੋਲ ਜਾਂਦਾ ਹੈ, ਤਾਂ ਵੈਦ ਪੁੱਛਦਾ ਹੈ ਉਸਨੂੰ ਕਿ ਤੇਰੀ ਅੱਖਾਂ ਦੀ ਰੋਸ਼ਨੀ ਕਿਵੇਂ ਗਈ, ਪਹਿਲਾਂ ਮੈਨੂੰ ਇਹ ਦੱਸ। ਉਸਨੇ ਸਾਰੀ ਕਥਾ ਸੁਣਾ ਦਿੱਤੀ ਕਿ ਮੇਰਾ ਜਨਮ ਹੋਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਦਕੇ, ਮੇਰਾ ਪਿਤਾ ਜੋੜੇ ਖਾਨੇ ਵਿੱਚ ਸੇਵਾ ਕਰਦਾ ਸੀ, ਮੈਨੂੰ ਬਹੁਤ ਚੰਗੇ ਸਕੂਲ ਵਿੱਚ ਪੜ੍ਹਾਇਆ ਲਿਖਾਇਆ, ਮੈਂ ਨੌਕਰੀ ਦੀ ਤਲਾਸ਼ ਵਿੱਚ ਸੀ, ਫਿਰ ਮੈਂ ਈਸਾਈ ਬਣ ਗਿਆ, ਤਾਂ ਫਿਰ ਇਸ ਤਰ੍ਹਾਂ ਮੈਨੂੰ ਨੌਕਰੀ ਵੀ ਨਹੀਂ ਮਿਲੀ, ਮੈਨੂੰ ਮਾਂ ਬਾਪ ਨੇ ਵੀ ਕਿਹਾ ਸਾਡੇ ਘਰ ਵਿੱਚ ਤੁਹਾਨੂੰ ਕੋਈ ਥਾਂ ਨਹੀਂ ਹੈ। ਉਹ ਵੈਦ ਕੀ ਕਹਿੰਦਾ ਹੈ, ਕਹਿੰਦਾ ਹੈ ਪੁੱਤਰ ਤੇਰੇ ਅੱਖਾਂ ਦੀ ਰੋਸ਼ਨੀ ਮੈਂ ਠੀਕ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਨੌਜਵਾਨ ਕਹਿੰਦਾ ਹੈ ਵੈਦ ਜੀ, ਮੈਂ ਤਾਂ ਸੁਣਿਆ ਹੈ ਕਿ ਤੇਰੇ ਘਰ ਤੋਂ ਕੋਈ ਨਿਰਾਸ਼ ਨਹੀਂ ਜਾਂਦਾ, ਤੇਰੇ ਹੱਥਾਂ ਦੇ ਵਿੱਚ ਇਤਨੀ ਸਫਾ ਹੈ ਕਿ ਤੂੰ ਖਾਕ ਵੀ ਦਿੰਦਾ ਹੈ ਤਾਂ ਵੀ ਉਹ ਅਕਸੀਰ ਹੋ ਜਾਂਦੀ ਹੈ, ਦਵਾਈ ਹੋ ਜਾਂਦੀ ਹੈ। ਅਤੇ ਉਹ ਵੈਦ ਕੀ ਕਹਿੰਦਾ ਹੈ, ਕਹਿੰਦਾ ਪੁੱਤਰ ਇਹ ਜਿਤਨੀ ਵੀ ਖਾਕ ਮੇਰੇ ਕੋਲ ਹੈ ਇਹ ਬੰਗਲਾ ਸਾਹਿਬ ਤੋਂ ਲੈ ਕੇ ਆਉਣਾ, ਜੋੜੇ ਖਾਨੇ ਤੋਂ, ਬੰਗਲਾ ਸਾਹਿਬ ਤੋਂ ਮੈਂ ਜੋੜੇ ਖਾਨੇ ਤੋਂ ਇਹ ਖਾਕ ਲੈ ਕੇ ਆਉਣਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਮ ਜਪ ਕੇ ਫਿਰ ਮੈਂ ਦਵਾਈ ਵਿੱਚ ਪਾਉਂਦਾ, ਫਿਰ ਇਹ ਖਾਕ ਵੀ ਅਕਸੀਰ ਹੋ ਜਾਂਦੀ ਹੈ, ਦਵਾਈ ਹੋ ਜਾਂਦੀ ਹੈ। ਹੁਣ ਤੂੰ ਬੇਮੁਖ ਹੋਇਆ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ, ਮੈਂ ਤੈਨੂੰ ਠੀਕ ਨਹੀਂ ਕਰ ਸਕਦਾ, ਤੂੰ ਉੱਥੇ ਹੀ ਜਾ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕੋਲ। ਫਿਰ ਜਾ ਕੇ ਪੁਕਾਰ ਕਰਦਾ ਹੈ, ਸ਼੍ਰੀ ਹਰਿਕ੍ਰਿਸ਼ਨ ਦਿਹਾਈ ਹੈ ਜਿਸ ਦਿੱਠੇ ਸਭ ਦੁੱਖ ਜਾਏ। ਮੈਂ ਅਰਜ ਕਰ ਰਿਹਾ ਸੀ ਜੋ ਸਤਿਗੁਰੂ ਫਿੱਟ ਕੇ ਸੇ ਸਭ ਜਗਤ ਫਿੱਟ ਕੇ ਨਿਤ ਬੰਬਲ ਪੂਸੇ ਖਾਈ। ਗੁਰੂ ਤੋਂ ਬੇਮੁਖ ਹੋ ਗਿਆ, ਹਰ ਤਰਫ ਫਿਰ ਫਿਟਕਾਰ ਹੀ ਫਿਟਕਾਰ, ਹਰ ਤਰਫ ਜਿਨ ਗੁਰੂ ਗੋਪੀਆ ਆਪਣਾ ਸੇ ਲੈਂਦੇ ਟਹਾ ਫਿਰਾਈ। ਗੋਪੀਆ ਕਹਿੰਦੇ ਨੇ ਨਿੰਦਾ, ਗੁਰੂ ਦੀ ਨਿੰਦਾ ਕਰਨੀ, ਗੁਰੂ ਦੇ ਬੋਲ ਕਬੂਲ ਨਹੀਂ ਕਰਨੇ, ਗੁਰੂ ਦੇ ਬੋਲ ਪ੍ਰਵਾਨ ਨਹੀਂ ਕਰਨੇ, ਉਸਨੂੰ ਕਹਿੰਦੇ ਨੇ ਜਿਨ ਗੁਰੂ ਗੋਪੀਆ ਆਪਣਾ, ਜਿਨ੍ਹਾਂ ਨੇ ਆਪਣੇ ਗੁਰੂ ਦੀ ਪਰਵਾਹ ਨਹੀਂ ਕੀਤੀ। ਔਰ ਇੱਕ ਗੱਲ ਚੇਤੇ ਰੱਖਣਾ, ਮੁਬਾਰਕ ਹੈ ਆਪ ਜੀ ਰੋਜ਼ ਕਥਾ ਸੁਣਦੇ ਹੋ, ਕੀਰਤਨ ਸੁਣਦੇ ਹੋ, ਪਾਠ ਕਰਦੇ ਹੋ, ਨਿਤਨੇਮ ਕਰਦੇ ਹੋ, ਮੁਬਾਰਕ। ਲੇਕਿਨ ਕਿਧਰੇ ਐਸਾ ਤਾਂ ਨਹੀਂ ਹੈ ਕਿ ਪਲੇਟਫਾਰਮ 'ਤੇ ਖੜ ਕੇ ਕੇਵਲ ਅਤੇ ਕੇਵਲ ਗੱਡੀਆਂ ਨੂੰ ਹੀ ਦੇਖਦੇ ਜਾ ਰਹੇ ਹਾਂ, ਆਉਂਦੀ ਜਾਂਦੀ ਗੱਡੀ, ਹੁਣ ਕਿਹੜੀ ਗੱਡੀ ਆਈ ਹੈ, ਹੁਣ ਕਿਹੜੀ ਗੱਡੀ ਜਾ ਰਹੀ ਹੈ, ਹੁਣ ਕਿਹੜੀ ਗੱਡੀ ਆਏਗੀ, ਹੁਣ ਕਿਹੜੀ ਗੱਡੀ ਜਾਏਗੀ। ਨਹੀਂ ਪਹੁੰਚਾਂਗੇ ਜਦੋਂ ਤੱਕ ਤੁਸੀਂ ਖੁਦ ਨਹੀਂ ਬੈਠੋਗੇ ਗੱਡੀ ਵਿੱਚ, ਆਪ ਜੀ ਨੂੰ ਬੈਠਣਾ ਪਏਗਾ ਗੱਡੀ ਦੇ ਵਿੱਚ। ਜਦੋਂ ਗੱਡੀ ਵਿੱਚ ਬੈਠ ਗਏ ਤਾਂ ਫਿਰ ਕੰਮ ਹੁੰਦਾ ਹੈ ਮਲਾ ਦਾ, ਡਰਾਈਵਰ ਦਾ। ਤਾਂ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੇ ਸ਼ਬਦਾਂ ਦੀ ਪਰਵਾਹ ਨਹੀਂ ਕੀਤੀ, ਗੁਰੂ ਦੇ ਉਪਦੇਸ਼ ਦੀ ਪਰਵਾਹ ਨਹੀਂ ਕੀਤੀ, ਤਿੰਨ ਕੀ ਭੁੱਖ
ਕਦੇ ਨਾ ਉਤਰੇ। ਮਨੁੱਖ ਕਿਉਂ ਭਜਦਾ ਫਿਰਦਾ ਹੈ? ਔਰ ਆਪ ਜੀ ਨੇ ਬਹੁਤ ਵਾਰ ਦੇਖਿਆ, ਗੁਰੂ ਘਰ ਵਿੱਚ ਵੀ ਜਾਂਦਾ ਹੈ ਜਾਂ ਕੋਈ ਮੰਦਰ ਵਿੱਚ ਵੀ ਜਾਂਦਾ ਹੈ ਤਾਂ ਭਜਦੇ ਜਾਂਦੇ ਨੇ, ਭਜਦੇ ਜਾਂਦੇ। ਨਹੀਂ, ਇੱਕ ਐਸਾ ਅਸਥਾਨ ਹੈ ਗੁਰੂ ਘਰ ਦਾ ਜਿੱਥੇ ਬੈਠਣਾ ਪਏਗਾ। ਲਾਓਤਸੇ ਕਹਿੰਦਾ ਸੀ, ਚੀਨ ਦਾ ਧਰਮ ਗਿਆਨੀ, ਕਹਿਣ ਲੱਗੇ ਜੇ ਰੱਬ ਨੂੰ ਮਿਲਣਾ ਹੈ ਤਾਂ ਬੈਠਣਾ ਪਏਗਾ। ਬੈਠੋਗੇ ਨਹੀਂ ਤਾਂ ਸੁਣ ਹੀ ਨਹੀਂ ਪਾਓਗੇ, ਜੇ ਸੁਣ ਹੀ ਨਹੀਂ ਪਾਓਗੇ ਮੰਨੋਗੇ ਕੀ, ਜੇ ਸੁਣ ਹੀ ਨਹੀਂ ਪਾਓਗੇ ਤਾਂ ਪਿਆਰ ਕੀ ਪੈਦਾ ਹੋਏਗਾ। ਔਰ ਸੁਣਨ ਦਾ ਸਾਡੇ ਕੋਲ ਵਕਤ ਨਹੀਂ ਹੈ, ਸਮਾਂ ਨਹੀਂ, ਕਿਉਂਕਿ ਇੱਕ ਮਨੁੱਖ ਬੈਠਾ ਸੀ, ਰੋ ਰਿਹਾ ਸੀ, ਤਾਂ ਕੋਈ ਸੰਤ ਉਧਰੋਂ ਲੰਘਦਾ ਹੈ। ਉਹ ਕਹਿੰਦਾ ਕਿਉਂ ਰੋਂਦਾ ਪਿਆ ਹੈ? ਮਹਾਰਾਜ, ਮਰਨਾ ਅੱਛਾ ਹੈ, ਇਹ ਕੋਈ ਜ਼ਿੰਦਗੀ। ਸਰੀਰ ਨੂੰ ਐਸਾ ਰੋਗ ਲੱਗਾ ਹੈ, ਜਿਤਨੇ ਵੀ ਸਿਆਣੇ ਵੈਦ ਹਨ ਸਾਰਿਆਂ ਨੇ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ, ਰੋਗ ਠੀਕ ਨਹੀਂ ਹੋਇਆ। ਮਹਾਰਾਜ ਤੁਸੀਂ ਸੰਤ ਹੋ, ਕਿਰਪਾ ਕਰ ਦਿਉ, ਮੇਰੀ ਮੌਤ ਹੀ ਹੋ ਜਾਏ, ਚੰਗਾ ਹੈ, ਮੈਂ ਕਰਨਾ ਕੀ ਇਸ ਜੀਵਨ ਨੂੰ। ਸੰਤ ਕਹਿੰਦਾ ਹੈ, ਨਿਰੰਕਾਰ ਤੇਰੇ 'ਤੇ ਰਹਿਮਤ ਕਰੇ, ਤੂੰ ਚੰਗਾ ਭਲਾ ਹੋ ਜਾਏਗਾ, ਚੰਗਾ ਭਲਾ ਹੋ ਜਾਏਗਾ। ਥੋੜ੍ਹਾ ਜਿਹਾ ਹੋਰ ਅੱਗੇ ਗਏ ਤਾਂ ਸੰਤ ਜੀ ਨੇ ਕੀ ਦੇਖਿਆ ਕਿ ਇੱਕ ਬੰਦਾ ਰੱਸੀ ਦਾ ਟੁਕੜਾ ਲੈ ਕੇ, ਫਾਹੀ ਦਾ ਫੰਦਾ ਬਣਾ ਕੇ ਅਤੇ ਗਲ ਵਿੱਚ ਪਾ ਰਿਹਾ ਹੈ। ਸੰਤ ਜੀ ਕਹਿੰਦੇ, ਤੈਨੂੰ ਕੀ ਹੋਇਆ ਪੁਰਖਾ, ਦੱਸੋ। ਉਹ ਕਹਿੰਦਾ, ਮਹਾਰਾਜ ਬਸ ਨਹੀਂ ਜੀਣਾ ਚਾਹੁੰਦਾ। ਕਾਰਨ ਤਾਂ ਦੱਸ, ਕਾਰਨ ਕੀ ਹੈ? ਉਹ ਕਹਿੰਦਾ, ਕਾਰਨ ਇੱਕੋ ਹੀ ਹੈ, ਮੇਰੀਆਂ ਅੱਖਾਂ ਵੇਖ ਕਿਤਨੀ ਸੋਹਣੀਆਂ ਹਨ ਪਰ ਇਹਨਾਂ ਦੇ ਵਿੱਚ ਜੋਤੀ ਨਹੀਂ ਹੈ। ਆਪ ਜੀ ਕਹਿੰਦੇ ਹੋ, ਜੋਤੀ ਹੈ ਤਾਂ ਜਹਾਨ ਹੈ, ਅੱਖਾਂ ਹਨ ਤਾਂ ਜਹਾਨ ਹੈ, ਇਹਨਾਂ ਵਿੱਚ ਜੋਤੀ ਨਹੀਂ ਹੈ, ਮੈਂ ਜੀ ਕੇ ਕੀ ਕਰਨਾ ਹੈ? ਜਿਹੜੇ ਸੰਤ ਹੁੰਦੇ ਨੇ ਉਹ ਨਿਰੰਕਾਰ ਦਾ ਸਰਗੁਣ ਰੂਪ ਹੁੰਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਉਹ ਹਰੀ ਵਰਗਾ ਹੀ ਹੁੰਦਾ ਹੈ। ਭੇਦ ਨਾ ਜਾਣੋ ਮਾਨਸ ਦੇਹਾ, ਰੱਬ ਦੇ ਵਿੱਚ ਅਤੇ ਸੰਤ ਵਿੱਚ ਕੋਈ ਫਰਕ ਨਹੀਂ ਹੈ, ਔਰ ਜੇ ਫਰਕ ਹੈ ਤਾਂ ਇਤਨਾ ਕਿ ਰੱਬ ਦੇ ਕੋਲ ਸਰੀਰ ਨਹੀਂ ਹੈ, ਸੰਤ ਕੋਲ ਸਰੀਰ ਹੈ, ਬਾਕੀ ਇੱਕੋ ਵਰਗੇ ਨੇ। ਉਹ ਸੰਤ ਕਹਿੰਦਾ ਹੈ, ਨਿਰੰਕਾਰ ਨੇ ਜਦੋਂ ਅੱਖਾਂ ਬਖਸ਼ੀਆਂ ਹਨ ਤਾਂ ਜੋਤੀ ਵੀ ਬਖਸ਼ ਦੇਗਾ, ਯਕੀਨ ਤਾਂ ਕਰ, ਭਰੋਸਾ ਤਾਂ ਰੱਖ, ਸਾਰੀ ਗੱਲ ਭਰੋਸੇ ਦੀ ਹੈ। ਜੇ ਭਰੋਸਾ ਨਹੀਂ ਹੈ ਕੁਛ ਨਹੀਂ ਹੋਣਾ, ਭਰੋਸਾ ਹੈ। ਤੋ ਇਤਨੀ ਗੱਲ ਕਹਿ ਕੇ ਸੰਤ ਜੀ ਚਲੇ ਜਾਂਦੇ ਨੇ। ਜਦੋਂ ਮਹੀਨੇ ਦੋ ਮਹੀਨੇ ਬਾਅਦ ਸੰਤ ਜੀ ਵਾਪਸ ਆਏ, ਉਹਨਾਂ ਦੇ ਨਾਲ ਉਹਨਾਂ ਦਾ ਟੋਲਾ ਵੀ ਸੀ, ਤਾਂ ਸੰਤ ਜੀ ਕਹਿੰਦੇ ਨੇ ਕਿ ਉਹ ਸਾਹਮਣੇ ਵੇਖੋ
ਕੁਛ ਲੋਕ ਬੈਠੇ ਨੇ ਜੂਆ ਖੇਡਦੇ ਪਏ ਨੇ। ਧਿਆਨ ਦੇ ਨਾਲ ਸੁਣਨਾ, ਜੂਆ ਖੇਡਦੇ ਪਏ ਨੇ। ਉਹ ਸੰਤ ਕਹਿੰਦਾ ਹੈ ਜਿਹੜਾ ਮਨੁੱਖ ਸਾਹਮਣੇ ਬੈਠਾ ਹੋਇਆ ਹੈ, ਲੱਗਦਾ ਹੈ ਇਹਨੂੰ ਕਦੇ ਦੇਖਿਆ ਹੈ ਸੀ, ਲੱਗਦਾ। ਅਤੇ ਉਹ ਸੰਗਤ ਕਹਿੰਦੀ ਮਹਾਰਾਜ ਇਹ ਉਹੀ ਹੈ ਜਿਨ੍ਹਾਂ ਨੇ ਆਪ ਜੀ ਨੂੰ ਕਿਹਾ ਸੀ ਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਮੈਨੂੰ, ਅਤੇ ਤੁਸੀਂ ਕਿਰਪਾ ਕਰੋ ਮੇਰੀ ਮੌਤ ਹੀ ਹੋ ਜਾਵੇ, ਅਤੇ ਤੁਸੀਂ ਕਿਹਾ ਸੀ ਤੂੰ ਚੰਗਾ ਭੱਲਾ ਹੋ ਜਾਏਗਾ, ਇਹ ਉਹ ਹੈ। ਉਹ ਸੰਤ ਉਹਦੇ ਕੋਲ ਜਾ ਕੇ ਕਹਿੰਦਾ ਹੈ ਪੁਰਖਾ ਤੂੰ ਚੰਗਾ ਹੋ ਗਿਆ? ਹਾਂ ਹੋ ਗਿਆ ਮਹਾਰਾਜ। ਫਿਰ ਇਹ ਕੀ ਕਰਦਾ ਪਿਆ ਤੂੰ? ਕਹਿਣ ਲੱਗੇ ਮਹਾਰਾਜ ਚੰਗਾ ਹੁੰਦਾ ਮੌਤ ਹੋ ਜਾਂਦੀ ਤਾਂ, ਤੰਦਰੁਸਤ ਤਾਂ ਹੋ ਗਈ ਹਾਂ, ਹੁਣ ਟਾਈਮ ਪਾਸ ਹੀ ਨਹੀਂ ਹੁੰਦਾ, ਹੁਣ ਮੈਂ ਕੀ ਕਰਾਂ? ਸੰਤ ਜੀ ਕਹਿਣ ਲੱਗੇ ਟਾਈਮ ਪਾਸ ਕਰਨ ਵਾਸਤੇ ਸਰੀਰ ਨਹੀਂ ਮਿਲਿਆ ਸਾਨੂੰ। ਗੁਰੂ ਅਮਰਦਾਸ ਸਾਹਿਬ ਦੇ ਬੋਲ ਹਨ, ਇਹ ਸਰੀਰ ਆ ਮੇਰੀ ਆ, ਇਸ ਜਗ ਮੈਂ ਆਈ ਕੇ ਕਿਆ ਤੁਧ ਕਰਮ ਕਮਾਇਆ। ਇਹ ਸਵਾਲ ਕਿ ਕਰਮ ਕਮਾਇਆ ਤੁਧ ਸਰੀਰ ਆ ਜਾਂ ਤੂੰ ਜਗ ਮੈਂ ਆਇਆ। ਦੂਜਾ ਸਵਾਲ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਤੀਜਾ ਸਵਾਲ, ਕੀ ਜਵਾਬ ਦੋਗੇ? ਖੇਡਣ ਵਾਸਤੇ ਸਮਾਂ ਕੱਢ ਲੈਂਦੇ ਹਾਂ, ਪਾਰਕ ਵਿੱਚ ਬੈਠਣ ਵਾਸਤੇ ਗੁਸਤਾਖੀ ਮਾਫ਼ ਸਮਾਂ ਕੱਢ ਲੈਂਦੇ ਹਾਂ, ਹੋਸਪਿਟਲ ਜਾਣ ਵਾਸਤੇ ਸਮਾਂ ਕੱਢ ਲੈਂਦੇ ਹਾਂ, ਅਦਾਲਤ ਵਿੱਚ ਜਾਣ ਵਾਸਤੇ ਸਮਾਂ ਨਿਕਲ ਆਉਂਦਾ ਹੈ, ਪਰ ਗੁਰੂ ਘਰ ਵਾਸਤੇ ਨਹੀਂ ਨਿਕਲਦਾ। ਸੰਤ ਜੀ ਥੋੜ੍ਹਾ ਹੋਰ ਅੱਗੇ ਗਏ, ਹੋਰ ਅੱਗੇ ਗਏ ਤਾਂ ਕੀ ਦੇਖਦਾ ਹੈ ਕਿ ਇੱਕ ਮਨੁੱਖ ਵਿਸ਼ਵਾ ਦੇ ਪਿੱਛੇ ਭੱਜਦਾ ਜਾ ਰਿਹਾ ਹੈ। ਸੰਤ ਜੀ ਕਹਿਣ ਲੱਗੇ ਇਹ ਬੰਦਾ ਵੀ ਦੇਖਿਆ ਹੋਇਆ ਲੱਗਦਾ ਹੈ। ਤਾਂ ਸੰਗਤ ਕਹਿੰਦੀ ਮਹਾਰਾਜ ਇਹ ਉਹੀ ਬੰਦਾ ਹੈ ਜੋ ਫਾਂਸੀ ਦਾ ਫੰਦਾ ਬਣਾ ਕੇ ਅਤੇ ਆਤਮ ਹੱਤਿਆ ਕਰ ਰਿਹਾ ਸੀ, ਜਿਹਦੇ ਕੋਲ ਅੱਖਾਂ ਨਹੀਂ ਸਨ, ਇਹ ਉਹ ਬੰਦਾ ਹੈ। ਸੰਤ ਨੇ ਉਸਨੂੰ ਫੜ ਲਿਆ, ਕਹਿਣ ਲੱਗੇ ਤੂੰ ਉਹੀ ਹੈ? ਹਾਂ ਮਹਾਰਾਜ ਉਹੀ ਆ, ਤੇਰੀ ਕਿਰਪਾ ਹੋਈ, ਅੱਖਾਂ ਵਿੱਚ ਜੋਤੀ ਆ ਗਈ। ਸੰਤ ਜੀ ਕਹਿੰਦੇ ਫਿਰ ਅੱਖਾਂ ਵਿੱਚ ਜੋਤੀ ਆ ਗਈ ਅਤੇ ਕੀ ਕਰਦਾ ਪਿਆ ਹੈ? ਕਹਿਣ ਲੱਗੇ ਮਹਾਰਾਜ ਫਿਰ ਮੈਂ ਖੂਬਸੂਰਤੀ ਨਾ ਦੇਖਾਂ ਤਾਂ ਫਿਰ ਕੀ ਫਾਇਦਾ ਅੱਖਾਂ ਦਾ, ਫਿਰ ਜੋਤੀ ਦਾ ਫਿਰ ਕੀ ਫਾਇਦਾ? ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਇਹ ਨੇਤਰੋ ਮੇਰੀਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਇੱਕ ਦੇ ਵਿੱਚ ਰੱਬ ਦੇਖੋ, ਸਾਰਾ ਰੱਬ ਰੂਪ ਹੈ, ਨਿਰੰਕਾਰ ਰੂਪ ਹੈ। ਮੈਂ ਕਈ ਦਫ਼ਾ ਅਰਜ਼ ਕਰਨਾ, ਇੱਕ ਸੰਤ ਤਾਂ ਇਹ ਵੀ ਕਹਿੰਦਾ ਸੀ, ਕਹਿੰਦਾ ਸੀ ਅੱਜ ਰਾਮ ਨੂੰ ਗਾਲਾਂ ਬਹੁਤ ਮਿਲੀਆਂ, ਕਦੇ ਕਹਿੰਦਾ ਸੀ ਅੱਜ ਰਾਮ ਦੀ ਤਾਰੀਫ ਬਹੁਤ ਹੋਈ ਹੈ, ਕਦੇ ਕਹਿੰਦਾ ਸੀ ਅੱਜ ਰਾਮ ਨੂੰ ਖਾਣ ਵਾਸਤੇ ਕੁਛ ਵੀ ਨਹੀਂ ਮਿਲਿਆ, ਕਦੇ ਕਹਿੰਦਾ ਸੀ ਅੱਜ ਰਾਮ ਰੱਜ ਗਿਆ। ਸੰਗਤ ਪੁੱਛਦੀ ਸੀ ਮਹਾਰਾਜ ਕਿਹੜਾ ਰਾਮ ਹੈ ਜਿਸ ਨੂੰ ਗਾਲਾਂ ਮਿਲੀਆਂ? ਆਪਣੇ ਵੱਲ ਇਸ਼ਾਰਾ ਕਰਦਾ ਸੀ, ਅੱਜ ਰਾਮ ਨੂੰ ਗਾਲਾਂ ਬਹੁਤ ਮਿਲੀਆਂ ਨੇ, ਅੱਜ ਰਾਮ ਦੀ ਤਾਰੀਫ ਬਹੁਤ ਹੋਈ ਹੈ। ਤਾਂ ਕਹਿਣ ਤੋਂ ਭਾਵ ਤੁਸੀਂ ਸਾਰੇ ਹੀ ਰੱਬ ਰੂਪ ਹੋ, ਸਾਰੇ ਹੀ ਰੱਬ ਰੂਪ ਹੋ, ਅੰਦਰ ਉਹੀ ਜੋਤੀ ਜੋ ਗੁਰੂ ਨਾਨਕ ਦੇ ਅੰਦਰ ਸੀ, ਉਹੀ ਜੋਤੀ ਆਪ ਜੀ ਦੇ ਅੰਦਰ, ਜਿਹੜੀ ਜੋਤੀ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਵਿੱਚ ਸੀ, ਉਹੀ ਜੋਤੀ ਆਪ ਜੀ ਦੇ ਵਿੱਚ, ਜੋ ਜੋਤੀ ਸ਼੍ਰੀ ਰਾਮ ਚੰਦਰ ਮਹਾਰਾਜ ਦੇ ਵਿੱਚ, ਉਹੀ ਜੋਤੀ ਆਪ ਜੀ ਦੇ ਵਿੱਚ ਹੈ।
ਪਰ ਕਹਿੰਦੇ ਨੇ ਜਦੋਂ ਇੱਕ ਜਗਦਾ ਹੈ ਉਹਨੂੰ ਦੇਖ ਦੇਖ ਕੇ ਸਾਰਿਆਂ ਦੇ ਅੰਦਰ ਤੜਫਨ ਪੈਦਾ ਹੁੰਦੀ ਹੈ, ਕਾਸ਼ ਮੈਂ ਵੀ ਜਗਾਂ। ਸੰਗਤ ਕਰਨ ਦਾ ਇਹੀ ਫਾਇਦਾ ਹੈ ਕਿ ਕਿਸੇ ਜਗਦੇ ਹੋਏ ਦੀਵੇ ਨੂੰ ਦੇਖਾਂਗੇ ਸਾਡਾ ਵੀ ਮਨ ਕਰੇਗਾ ਕਿ ਇਸ ਨੂੰ ਇਤਨਾ ਭਰੋਸਾ ਹੈ ਰੱਬ 'ਤੇ, ਇਤਨਾ ਯਕੀਨ ਰੱਬ 'ਤੇ। ਯਕੀਨ ਮੈਂ ਛੋਟੀ ਜਿਹੀ ਗੱਲ ਕਹਿ ਕੇ ਮੈਂ ਕਥਾ ਦੀ ਸਮਾਪਤੀ ਬੁਲਾਉਂਦਾ। ਯਕੀਨ ਦੀ ਗੱਲ, ਜੋ ਮਿਲਣਾ ਹੈ ਮਿਲਣਾ ਹੀ ਮਿਲਣਾ ਹੈ, ਅਤੇ ਕਦੇ ਗਮਗੀਨ ਨਾ ਹੋਣਾ, ਕਦੇ ਮਾਯੂਸ ਨਾ ਹੋਣਾ। ਜੋ ਨਹੀਂ ਮਿਲਿਆ ਇਹ ਸਮਝ ਲੈਣਾ ਕਿ ਪਰਮਾਤਮਾ ਨੂੰ ਸਮਝ ਹੈ, ਪਰਮਾਤਮਾ ਨੂੰ ਖਬਰ ਹੈ ਕਿ ਜਿਸ ਚੀਜ਼ ਨੇ ਮੈਨੂੰ ਫਾਇਦਾ ਨਹੀਂ ਦੇਣਾ ਸੀ, ਨਹੀਂ ਦਿੱਤੀ, ਮੇਰੀ ਲੋੜ ਸੀ ਉਸਨੇ ਮੇਰੀ ਲੋੜ ਪੂਰੀ ਕੀਤੀ ਹੈ। ਪਰਮਾਤਮਾ ਨੂੰ ਵੱਧ ਸਮਝ ਹੈ। ਮੈਂ ਯਕੀਨ ਦੀ ਗੱਲ ਕਰ ਰਿਹਾ ਸੀ। ਇੱਕ ਛੋਟਾ ਜਿਹਾ ਬੱਚਾ ਦੁਕਾਨਦਾਰ ਦੇ ਕੋਲ ਜਾਂਦਾ ਹੈ ਔਰ ਕਹਿੰਦਾ ਹੈ ਮੇਰੇ ਕੋਲ 1 ਰੁਪਈਆ ਹੈ, ਕਿ ਰੱਬ ਮਿਲ ਜਾਏਗਾ ਮੈਨੂੰ ਤੁਹਾਡੀ ਦੁਕਾਨ 'ਚੋਂ? ਉਹ ਦੁਕਾਨਦਾਰ ਕਹਿੰਦਾ ਹੈ ਬੱਚੇ ਨੂੰ, ਬਾਹਰ ਨਿਕਲ, ਤੈਨੂੰ ਹਾਲੇ ਸਮਝ ਨਹੀਂ ਹੈ। ਦੂਜੇ ਦੁਕਾਨਦਾਰ ਕੋਲ ਜਾਂਦਾ ਹੈ, 1 ਰੁਪਈਆ ਦਿਖਾ ਕੇ ਕਹਿੰਦਾ ਰੱਬ ਮਿਲ ਜਾਏਗਾ, ਉਹ ਵੀ ਧੱਕੇ ਮਾਰ ਕੇ ਕੱਢ ਦਿੰਦਾ ਹੈ। ਬੇਸ਼ੱਕ ਉਹ ਦੁਕਾਨਦਾਰ ਪੂਜਾ ਪਾਠ ਵੀ ਕਰਦਾ ਹੈ, ਮਾਲਾ ਵੀ ਜਪਦਾ ਹੈ, ਪਰ ਉਸ ਬੱਚੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਹ ਬਾਲਕ ਤੀਜੀ ਦੁਕਾਨ 'ਤੇ ਜਾਂਦਾ ਹੈ ਔਰ ਕਹਿੰਦਾ ਹੈ 1 ਰੁਪਈਆ ਹੈ, ਰੱਬ ਮਿਲੇਗਾ। ਕਹਿੰਦਾ ਪੁੱਤਰ ਜ਼ਰੂਰ ਮਿਲੇਗਾ, ਪਰ ਮੈਨੂੰ ਇੱਕ ਗੱਲ ਦੱਸ, ਤੈਨੂੰ ਰੱਬ ਦੀ ਲੋੜ ਕੀ ਪੈ ਗਈ ਹੈ? ਕੋਈ ਖਾਣ ਦੀ ਵਸਤੂ ਮੰਗ ਲੈ, ਰੱਬ ਦੀ ਕੀ ਲੋੜ ਪੈ ਗਈ ਹੈ? ਉਹ ਕਹਿੰਦਾ, ਬਾਲਕ ਕਹਿੰਦਾ ਹੈ, ਮੇਰੇ ਘਰ ਵਿੱਚ ਮੈਂ ਹਾਂ ਅਤੇ ਮੇਰੀ ਮਾਂ ਹੈ, ਮੈਨੂੰ ਲੰਗਰ ਬਣਾ ਕੇ ਖਿਲਾਉਂਦੀ ਹੈ, ਮੈਨੂੰ ਇਸ਼ਨਾਨ ਕਰਾਉਂਦੀ ਹੈ, ਮੇਰੇ ਕੱਪੜੇ ਧੋਂਦੀ ਹੈ, ਮੈਨੂੰ ਸਕੂਲ ਭੇਜਦੀ ਹੈ। ਮਾਂ ਬਿਮਾਰ ਹੋ ਗਈ ਹੈ, ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ, ਡਾਕਟਰਾਂ ਨੇ ਕਿਹਾ ਹੁਣ ਇਸ ਨੂੰ ਰੱਬ ਹੀ ਬਚਾ ਸਕਦਾ ਹੈ, ਅਤੇ ਮੈਂ ਰੱਬ ਨੂੰ ਲੱਭਣ ਵਾਸਤੇ ਆਇਆ, ਰੱਬ ਨੂੰ ਖਰੀਦਣ ਵਾਸਤੇ ਆਇਆ, ਰੱਬ ਕਿੱਥੇ ਹੈ? ਉਹ ਕਹਿੰਦਾ ਪੁੱਤਰ ਜ਼ਰੂਰ ਮਿਲੇਗਾ। ਉਸਨੇ ਕੀ ਕੀਤਾ, ਛੋਟਾ ਜਿਹਾ ਗਿਲਾਸ ਉਹਦੇ ਵਿੱਚ ਪਾਣੀ ਪਾ ਕੇ ਕਹਿ ਦਿੱਤਾ, ਪੁੱਤਰ ਤੂੰ ਇਹ ਆਪਣੀ ਮਾਂ ਨੂੰ ਪਿਲਾ ਦੇਣਾ। ਮਾਲਕ ਦੀ ਐਸੀ ਖੇਡ ਹੋਈ, ਮਾਂ ਠੀਕ ਹੋ ਗਈ। ਡਾਕਟਰ ਨੇ ਆ ਕੇ ਕਿਹਾ, ਆਪ ਜੀ ਹੁਣ ਬਿਲਕੁਲ ਚੰਗੇ ਹੋ ਗਏ ਹੋ ਔਰ ਹੁਣ ਤੁਸੀਂ ਜਾ ਸਕਦੇ ਹੋ, ਪਰ ਇੱਕ ਚਿੱਠੀ ਕਿਸੇ ਨੇ ਭੇਜੀ ਹੈ, ਇਹ ਚਿੱਠੀ ਸੁਣ ਲਵੋ, ਇਹਦੇ ਵਿੱਚ ਕੀ ਲਿਖਿਆ ਹੋਇਆ ਹੈ। ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ, ਐ ਮਾਂ, ਤੇਰੇ ਬੱਚੇ ਦੇ ਵਿਸ਼ਵਾਸ ਨੂੰ ਦੇਖ ਕੇ ਤੇਰਾ ਬੱਚਾ ਮੇਰੇ ਕੋਲ ਆਇਆ ਸੀ ਰੱਬ ਲੈਣ ਵਾਸਤੇ, 1 ਰੁਪਈਆ ਇਹਦੇ ਕੋਲ ਸੀ, ਤੇਰੇ ਬੱਚੇ ਦੇ ਯਕੀਨ ਨੂੰ ਦੇਖ ਕੇ, ਵਿਸ਼ਵਾਸ ਨੂੰ ਦੇਖ ਕੇ, ਪਹਿਲੀ ਗੱਲ ਤਾਂ ਇਹ ਜਿਤਨਾ ਵੀ ਬਿੱਲ ਬਣਿਆ ਹੈ ਡਾਕਟਰ ਦਾ, ਉਹ ਮੈਂ ਸਾਰੇ ਦਾ ਸਾਰਾ ਚੁਕਤਾ ਕਰ ਦਿੱਤਾ ਹੈ,
ਪਰ ਜਿੱਥੋਂ ਤੱਕ ਧੰਨਵਾਦ ਦੀ ਗੱਲ ਹੈ, ਜੇ ਧੰਨਵਾਦ ਕਰਨਾ ਵੀ ਹੋਵੇ ਆਪਣੇ ਪੁੱਤਰ ਦਾ ਧੰਨਵਾਦ ਕਰਨਾ, ਜਿਸ ਨੂੰ ਇਤਨਾ ਭਰੋਸਾ, ਇਤਨਾ ਵਿਸ਼ਵਾਸ ਰੱਬ 'ਤੇ ਸੀ, ਇਹਦੇ ਸਦਕੇ ਤੋਂ ਠੀਕ ਹੋਈ। ਤੋ 20-20ਵੇਂ ਗੁਰ ਕਾਮਨ ਮਾਨੇ ਨਾਨਕ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।